स्वागत है किसान वीरो कडेरी फार्मिंग दे विच। किसान वीरो अज जिहड़ी वीडियो बना रहे हैं पिंड माछीके तहसील निहाल सिंह वाला इस पिंड नूं पैंदी है ते जिला मोगा मोगे तो बरनाला रोड दे उत्ते इह पिंड आउंदा है। नेड़े दे पिंड बिलासपुर रह जांदा जिहड़ा रोड दे उत्ते ही है ते जिहड़े घर चों वीडियो बना रहे दसो भाई व्यापार दा काम करदे आ। वीडियो पहला भी बहुत बनाईया ते अज फिर तुहानूं इक बहुत सोहणी प्योर जर्सी नसल की वैड दिखाउणी है जिहदा थण हवाना भी बड़ा सोहना है ते जिहदी उमर भी हजे छोटी है। आम पंजाबी गाहक जां पंजाबी वीर जिहड़े ओह जरूर इहनूं पसंद करनगे। इहदे संबंधी आपां गल्लबात करनी है, तुसीं वीडियो नूं एंड तक देखदे रहो। जिहनूं इह गां इह वैड पसंद आ जो तसल्ली करना तुहाडा हक है ਉਹ ਤੁਸੀਂ ਆ ਕੇ ਕਰ ਸਕਦੇ ਹੋ। ਨੰਬਰ ਜਿਹੜਾ ਉਹ ਸਕਰੀਨ ਤੇ ਚੱਲਦਾ ਰਹਿਣਾ। ਸੋ ਵੀਰ ਨਾਲ ਗੱਲਬਾਤ ਕਰੀਏ ਬਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਨਾਮ ਆਪਣਾ? ਨਾਮ ਬਲਵਿੰਦਰ ਸਿੰਘ। ਬਲਵਿੰਦਰ ਬਾਈ, ਵਪਾਰ ਦਾ ਕੰਮ ਆਪਾਂ ਕਰਦੇ ਆ? ਹਾਂਜੀ ਬਾਈ। ਰੂਟੀਨ ਚ ਆਈ ਜਾਂਦੇ? ਰੂਟੀਨ ਚ ਆਈ ਜਾਂਦੇ ਬਾਈ। ਗਾਵਾਂ ਮੱਝਾਂ ਦੋਨੇ ਤਰ੍ਹਾਂ ਦੇ? ਹਾਂ ਬਾਈ, ਦੋਨੇ ਤਰ੍ਹਾਂ ਦੀਆਂ ਹੀ ਆਈ ਜਾਂਦੀਆਂ। ਠੀਕ ਹੈ। ਅੱਛਾ, ਅੱਜ ਇੱਕ ਆਪਾਂ ਜਰਸੀ ਵੈੜ ਦਿਖਾ ਰਹੇ ਹਾਂ। ਹਾਂ ਵੀਰੇ, ਇਹਨੇ ਪਹਿਲੇ ਸੂਏ ਸੂਣਾ, ਮੂੰਹ ਦੇ ਵਿੱਚੋਂ ਦੋ ਦੰਦ ਆ। ਦੋ ਦੰਦ ਪਹਿਲਾ ਸੂਆ? ਹਾਂ। ਦਿਨ ਕਿੰਨੇ ਲੈ ਜੂਗੀ? ਦਿਨ ਤਾਂ ਵੀਰੇ ਇਹਦੇ ਅੱਜ 22 ਤਰੀਕ ਹੋ ਗਈ, ਇਹਦੇ 26 ਤਰੀਕ ਨੂੰ ਦਿਨ ਪੂਰਿਆ। 4 ਦਿਨ ਰਹਿੰਦੇ ਆ, ਵੱਧ ਵੀ ਲੈ ਸਕਦੀ ਆ ਘੱਟ ਵੀ। ਠੀਕ ਹੈ। ਯਾਨੀ ਕਿ 5-4 ਦਿਨ ਸੂਂਦੀ ਨਹੀਂ ਹਜੇ। 5-4 ਦਿਨ ਹਜੇ ਲੈ ਜੂਗੀ? ਹਾਂ। ਠੰਡੀ ਸੀਲ ਹੈ? ਠੰਡੀ ਸੀਲ ਆ। ਬਾਕੀ ਵੀਰੇ ਇਹ ਇਧਰਲੀ ਪੰਜਾਬ ਦੀ ਰੀਜਨਲ ਜੰਪਲ ਆ। ਠੀਕ ਹੈ। ਆਪਾਂ ਫਾਰਮ ਚੋਂ ਲਈਏ, ਸਾਰਾ ਰਿਕਾਰਡ ਵੀ ਹੈਗਾ ਆਪਣੇ ਕੋਲ। ਠੀਕ ਹੈ, ਖੋਲੀਏ ਨੂੰ। ਸੋ ਦੱਸੋ, ਪਹਿਲਾ ਸੂਆ ਤੇ ਦੋ ਦੰਦ ਆ? ਹਾਂ, ਦੰਦ ਦਿਖਾ ਦੇ। ਦੋ ਦੰਦ ਆ ਤੇ ਪਹਿਲਾ ਸੂਆ ਇਹਨੇ ਕਰਮ ਵਾਲੀ ਨੇ ਸੂਣਾ। 5-4 ਦਿਨ ਲਊਗੀ ਸੂਣ ਚ, ਦੰਦ ਦੇਖ ਸਕਦੇ ਹੋ ਬਸ। ਠੀਕ ਹੈ ਬਾਈ। ਦੋ ਦੰਦ ਜਿਹੜੇ ਸੈਂਟਰ ਚ ਤੁਹਾਨੂੰ ਵੱਡੇ ਦਿਸੇ ਸੀ, ਇਹਦਾ ਮਤਲਬ ਦੋਂਦੀ ਹੈ। 2.5-2 ਸਾਲ 2.5 ਸਾਲ ਤੱਕ ਉਮਰ ਹੋ ਸਕਦੀ ਹੁੰਦੀ ਹੈ ਦੋਂਦੇ ਪਸ਼ੂ ਦੀ। ਹਵਾਨਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਦੋਸਤੋ, ਬੜਾ ਸੋਹਣਾ ਤਿਆਰ ਹੈ। ਲੱਤਾਂ ਖੋਲ ਕੇ ਤੁਰਦੀ ਹੈ। ਥਣ ਦਾ ਸਹਿਜ ਹਰੇਕ ਵੀਰ ਨੂੰ ਪਸੰਦ ਆਉਣਾ ਹੈ। ਤੁਸੀਂ, ਮੈਂ ਤੁਹਾਨੂੰ ਨੇੜੇ ਤੋਂ ਇਹਦੇ ਥਣ ਵੀ ਦਿਖਾ ਦੇਣੇ ਆ। ਢਾਂਚਾ ਵੀ ਬਹੁਤ ਸੋਹਣਾ। ਸੋ ਰੰਗ ਦੱਸੋ, ਤੁਸੀਂ ਦੇਖ ਸਕਦੇ ਹੋ ਤੇ ਪਿਓਰ ਜਰਸੀ ਨਸਲ ਹੈ। ਫੇਸ ਦੇ ਵਿੱਚੋਂ ਜਿਹੜੀ ਕੁਆਲਿਟੀ ਉਹਦੇ ਉਹ ਵੀ ਤੁਹਾਨੂੰ ਦਿਸੂਗੀ ਤੇ ਸਰੀਰਕ ਬਣਤਰ ਵੀ ਦਿਸੂ। ਤੇ ਹਵਾਨਾ ਕਰਮ ਵਾਲੀ ਦਾ ਜਿੰਨਾ ਤਿਆਰ ਆ ਉਹ ਤੁਹਾਡੇ ਸਾਹਮਣੇ। ਬਿੰਦੇ ਬਾਈ, ਇੱਕ ਹੋਰ ਗੇੜਾ ਕਢਾਉਣਾ। ਸੋ ਇੱਕ ਗੇੜਾ ਹੋਰ ਕਢਾਉਂਦੇ ਆ। ਕੱਲਾ ਕੱਲਾ ਥਣ ਲੱਗਾ ਦੱਸੋ, ਜਿੰਨੀ ਬਿੱਥੀ ਅਗਲੇ ਤੇ ਪਿਛਲੇ ਥਣ ਦੀ ਆਪਸ ਵਿੱਚ, ਉਨੀ ਪਿਛਲੇ ਥਣਾਂ ਦੀ ਵੀ ਆਪਸ ਵਿੱਚ ਤੇ ਅਗਲੇ ਥਣਾਂ ਦੀ ਵੀ ਆਪਸ ਵਿੱਚ। ਮਤਲਬ ਚਾਰੇ ਥਣ ਮਿਹਨਤ ਤੋਲ ਕੇ ਪਰਮਾਤਮਾ ਵੱਲੋਂ ਲੱਗੇ ਹੋਏ ਆ। ਤੇ ਹਵਾਨੇ ਦੀ ਜਿਹੜੀ ਸ਼ੇਪ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ। 5-7 ਦਿਨ ਹਜੇ ਲਊਗੀ, ਤਕੜਾ ਹਵਾਨਾ ਬਣਾਊਗੀ, ਕਾਫੀ ਵੱਡਾ ਹਵਾਨਾ ਬਣਾਉਣਾ ਇਹਨੇ। ਇਹ ਦੋ ਦੰਦ ਵੈੜ ਪਹਿਲਾ ਸੂਆ ਸੂੰਦੀ ਵੀਰ ਕੋਲ ਵਿਕਰੀ ਵਾਸਤੇ ਹੈ। ਮੈਂ ਥਣ ਤੁਹਾਨੂੰ ਨੇੜੇ ਤੋਂ ਫੇਰ ਦਿਖਾ ਦੇਣੇ ਆ, ਬਾਕੀ ਜਿਹਨੂੰ ਇਹ ਜਚੇ। ਠੀਕ ਹੈ, 90% ਦੱਸੋ ਵੀਰ ਕਹਿੰਦਾ ਵੀ 66 ਸੀਮਨ ਇਹਦੇ ਲੱਗਾ ਥਣਾਂ ਦੇ ਵਿੱਚ। ਬਿੱਥੀ ਥਣ ਦਾ ਸਹਿਜ ਦੁੱਧ ਵੀ ਬੜੇ ਆਰਾਮ ਨਾਲ 17-18 ਕਿਲੋ ਪਾ ਜੂਗੀ। ਤੇ ਮੈਂ ਆਮ ਜਰਸੀ ਆਈ 8-9 ਕਿਲੋ ਵਾਲੀਆਂ, ਉਹਨਾਂ ਚੋਂ ਨਹੀਂ ਖਣੀ 20 ਪਾਜੇ, ਪਰ 17-18 ਤੇ ਜਿਹੜਾ ਬਾਈ ਮਰਜ਼ੀ ਚੋਸ ਹੈ। ਠੀਕ ਹੈ। ਸੋ ਦੱਸੋ, ਉਮੀਦ 17-18 ਕਿਲੋ ਦੁੱਧ ਦੀ ਪਹਿਲੇ ਸੂਏ 'ਚ ਹੈ। ਇਹਦੀ ਤਿਆਰੀ ਨੂੰ ਦੇਖ ਕੇ, ਇਹਦੇ ਥਣ ਤੇ ਹਵਾਨੇ ਨੂੰ ਦੇਖ ਕੇ। ਬਾਕੀ ਦੁੱਧ ਹਮੇਸ਼ਾ ਫੇਸ ਕੁਆਲਿਟੀ ਹੋਈ ਦੱਸਦੀ ਹੈ ਜੀ ਵੀਰੇ, ਸੇਵਾ ਦੇ ਉੱਤੇ ਡਿਪੈਂਡ ਕਰਦਾ। ਬਲਿੰਦਰ ਬਾਈ, ਇਹਦਾ ਰੇਟ ਆਪਾਂ ਮੇਰੇ ਖਿਆਲ 'ਚ ਬੋਲਣਾ ਰਹਿ ਗਿਆ ਸੀਗਾ। ਫੇਸ ਤੋਂ ਦੱਸੋ, ਤੁਸੀਂ ਦੇਖੋਗੇ ਪਿਓਰ ਜਰਸੀ ਹਰੇਕ ਪੱਖ ਤੋਂ ਹੀ ਹੈ, ਕੋਈ ਸ਼ੱਕ ਨਹੀਂ ਹੈ ਕਿਤੋਂ ਵੀ ਤੁਹਾਨੂੰ ਕਿਤੇ ਮਿਕਸਿੰਗ ਨਹੀਂ ਲੱਗਣੀ, ਕਿਉਂਕਿ ਪਿਓਰ ਜਰਸੀ ਬਰੀਡ ਦੀ ਇਹ ਵੈਰ ਤੁਹਾਨੂੰ ਦਿਖਾ ਰਿਹਾ। ਰੇਟ ਇਹਦਾ 75,000 ਰੁਪਇਆ ਜੀ। ਸੋ ਡਿਮਾਂਡ ਇਹਦੀ 75,000 ਦੀ ਹੈ। ਤੁਹਾਨੂੰ ਜਿੰਨੇ ਜਚਦੇ ਆ ਜਾਂ ਤੁਸੀਂ ਜਿੰਨੇ 'ਚ ਖਰੀਦਣਾ ਚਾਹੁੰਦੇ ਹੋ ਆ ਕੇ ਦੇਖੋ ਤੇ ਬਾਈ ਕੋਲ ਖੜ ਕੇ ਜਿਹੜਾ ਇਹਦਾ ਤੁਸੀਂ ਸੌਦਾ ਕਰ ਸਕਦੇ ਹੋ। ਮਿਹਰਬਾਨੀ।